ਸਚ ਚਕਾਲ ਪੀਐਨਸੀ ਅੰਦੇ ਕਰਿਓ ਤੁਸੀਂ ਖਬਰਾਂ ਦੇ ਬਲੱਟਿਨ ਦੇ ਵਿੱਚ ਸਵਾਗਤ ਹੈ ਬਲੱਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ ਰਾਜस्तानी ਔਟੋ ਵਾ ਪੌਂਚਾ ਟਰੱਕਾਂ ਦਾ ਕਾਫਲਾ ਤਾਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦਾ ਪਾਰਲੀਮੈਂਟ ਨੂੰ ਘੇਰਾ ਦੱਸਾਂਗੇ ਕਿ ਇਹਨੇ ਮੌਜੂਦਾ ਹਾਲਾਤ ਤੇ ਪ੍ਰਦਰਸ਼ਨਕਾਰੀਆਂ ਦੀ ਮੰਗ ਦੇ ਉੱਤੇ ਕੈਨੇਡਾ ਸਰਕਾਰ ਵੱਲੋਂ ਕੀ ਟੈਰੀ ਫੌਕਸ ਤੇ ਪੁਤਲੇ ਨੂੰ ਇੱਕ ਪੋਸਟਰ ਫੜਾ ਕੇ ਕੈਨੇਡਾ ਦਾ ਝੰਡਾ ਪੁੱਠਾ ਟੰਗਿਆ ਗਿਆ ਤਾਂ ਦੱਸਾਂਗੇ ਕਿਸਨੇ ਕੀਤੀ ਸਖਤ ਸ਼ਬਦਾਂ ਵਿੱਚ ਨਿਖੇਦੀ ਤੇ ਕੌਣ ਹੈ ਟੈਰੀ ਫੌਕਸ ਉਸਤੇ ਬਾਰੇ ਵੀ ਦਵਾਂਗੇ ਜਾਣਕਾਰੀ ਕਿਓਬੇਕ ਵਿੱਚ ਸ਼ਰਧਾਂਜਲੀ ਸਮਾਗਮ 5 ਸਾਲ ਪਹਿਲਾਂ ਅੱਜ ਦੇ ਹੀ ਦਿਨ ਮਸਜਿਦ ਦੇ ਉੱਤੇ ਚਲੀਆਂ ਸੀ ਗੋਲੀਆਂ ਜਦੋਂ 6 ਮੌਤਾਂ ਹੋਈਆਂ ਸਨ ਅਮਰੀਕਾ ਵਿੱਚ ਇੱਕ ਕੈਨੇਡਾ ਵਾਸੀ ਨੂੰ 6 ਮਹੀਨੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਦੱਸਾਂਗੇ ਕਿ ਇਹ ਪੂਰਾ ਮਾਮਲਾ ਤੇ ਕੌਣ ਹੈ ਦੋਸ਼ੀ ਇੰਟਰਨੈਸ਼ਨਲ ਸਟੂਡੈਂਟਸ ਲਈ ਕੈਨੇਡਾ ਹਾਈ ਕਮਿਸ਼ਨ ਨੇ ਸਲਾਹ ਦਿੱਤੀ ਹੈ ਦੱਸਾਂਗੇ ਕਿਉਂ ਸਾਵਧਾਨ ਹੋਣ ਨੂੰ ਕਿਹਾ ਜਿਨ੍ਹਾਂ ਕੈਨੇਡਾ ਵਾਸੀਆਂ ਨੇ ਲਈ ਸੀ ਸੀਈਆਰਬੀ ਉਹਨਾਂ ਨੂੰ ਮਿਲ ਰਹੀਆਂ ਨੇ ਚਿੱਠੀਆਂ ਯੋਗਤਾ ਤੋਂ ਬਿਨਾਂ ਜਿਨ੍ਹਾਂ ਨੇ ਲਈ ਮਦਦ ਉਹਨਾਂ ਨੂੰ ਛੇਤੀ ਵਾਪਸ ਕਰਨੀ ਪੈ ਸਕਦੀ ਹੈ ਪੂਰੀ ਰਾਸ਼ੀ ਇਸ ਤਨਾਹਿਉਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਨੇ ਕਿ ਜੋ ਟਰੱਕ ਡਰਾਈਵਰਾਂ ਦਾ ਕਾਫਲਾ ਵੈਂਕੂਵਰ ਤੋਂ ਨਿਕਲਿਆ ਸੀ ਕਰੀਬ ਇੱਕ ਹਫਤੇ ਬਾਅਦ ਸ਼ਨੀਵਾਰ ਦੇ ਦਿਨ ਉਹ ਔਟਵਾ ਪਹੁੰਚ ਗਏ ਨੇ ਰਾਜਸਟਾਨੀ ਵਿੱਚ ਨਾ ਸਿਰਫ ਉਹ ਟਰੱਕ ਡਰਾਈਵਰ ਜੋ ਵੈਂਕੂਵਰ ਤੋਂ ਤੁਰੇ ਸੀ ਸਗੋਂ ਰਾਤ ਦੇ ਵਿੱਚ ਵੀ ਕਈ ਵਾਹਨ ਉਹਨਾਂ ਦੇ ਨਾਲ ਜੁੜੇ ਕਈ ਪ੍ਰਦਰਸ਼ਨਕਾਰੀ ਨਾਲ ਜੁੜੇ ਤੇ ਇਸ ਮੌਕੇ ਔਟਵਾ ਦੇ ਵਿੱਚ ਕਈ ਹਜ਼ਾਰ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮੌਜੂਦ ਨੇ ਜੋ ਕਿ ਉੱਥੇ ਹੀ ਟੈਂਟ ਵੀ ਲਗਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਰਲੀਮੈਂਟ ਦਾ ਘੇਰਾਓ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਦਾ ਕਿਰਾਉ ਕੀਤਾ ਗਿਆ ਤਾਂ ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਉਹਨਾਂ ਦਾ ਪਰਿਵਾਰ ਓਟਵਾ ਵਿੱਚਲੇ ਆਪਣੇ ਘਰ ਨੂੰ ਛੱਡ ਕੇ ਉੱਥੇ ਤੋਂ ਜਾ ਚੁੱਕੇ ਨੇ ਸੁਰੱਖਿਆ ਦੇ ਮੱਦੇਨਜ਼ਰੇ ਕਦਮ ਚੁੱਕਿਆ ਗਿਆ ਜਿਸ ਤੇ ਬਾਰੇ ਦਾਵਾ ਕੀਤਾ ਗਿਆ ਇਸ ਦੇ ਨਾਲ ਹੀ ਉਹ ਕਿੱਥੇ ਗਏ ਨੇ ਇਹ ਨਹੀਂ ਦੱਸਿਆ ਜਾ ਰਿਹਾ ਸਿਰਫ ਇਹ ਕਿਹਾ ਗਿਆ ਕਿ ਇੱਕ ਸੀਕ੍ਰੇਟ ਲੋਕੇਸ਼ਨ ਤੇ ਉਹਨਾਂ ਨੂੰ ਲਜਾਇਆ ਗਿਆ ਸੁਰੱਖਿਆ ਦੇ ਮੱਦੇਨਜ਼ਰ ਤਦੂਜੇ ਪਾਸੇ ਪ੍ਰਦਰਸ਼ਨਕਾਰੀ ਲਗਾਤਾਰ ਇਸ ਮੌਕੇ ਨਾਅਰੇਬਾਜ਼ੀ ਵੀ ਕਰ ਰਹੇ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨਕਾਰੀ ਜੋ ਮੌਜੂਦ ਨੇ ਉਹਨਾਂ ਦੇ ਵਿੱਚ ਵੱਖੋ-ਵੱਖਰੇ ਭਾਈਚਾਰਿਆਂ ਤੋਂ ਲੋਕ ਉੱਥੇ ਮੌਜੂਦ ਨੇ ਜਿਸ ਦੇ ਵਿੱਚ ਮੂਲ ਨਿਵਾਸੀਆਂ ਦੇ ਵੱਲੋਂ ਵੀ ਇਸ ਮੌਕੇ ਇਹ ਆਵਾਜ਼ ਚੁੱਕੀ ਜਾ ਰਹੀ ਹੈ ਕਈ ਮੂਲ ਨਿਵਾਸੀ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਭਾਰਤੀ ਬੂਲ ਦੇ ਕਈ ਲੋਕ ਉੱਥੇ ਮੌਜੂਦ ਨੇ ਤੇ ਇਸ ਦੇ ਨਾਲ ਹੀ ਹੋਰ ਭਾਈਚਾਰਿਆਂ ਤੋਂ ਲੋਕ ਮੌਜੂਦ ਨੇ ਜੋ ਇਸ ਸਮੇਂ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾਏ ਹੀ ਵੀ ਹੋਏ ਨੇ ਉਹ ਵੀ ਉਹਨਾਂ ਵਿੱਚ ਕਈ ਸ਼ਾਮਲ ਨੇ ਤੇ ਉਹ ਇਹ ਮੰਗ ਕਰ ਰਹੇ ਨੇ ਕਿ ਜੋ ਹਦਾਇਤਾਂ ਨੇ ਕੋਵਿਡ-19 ਦੀ ਉਹਨਾਂ ਨੂੰ ਹਟਾ ਦਿੱਤਾ ਜਾਵੇ ਆਜ਼ਾਦੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਸ ਦਾ ਨਾਮ ਵੀ ਫਰੀडम ਕਨਵੋਏ 2022 ਰੱਖਿਆ ਗਿਆ ਹੈ ਜਿਸ ਦੇ ਵਿੱਚ ਇਹ ਪ੍ਰਦਰਸ਼ਨਕਾਰੀ ਹਿੱਸਾ ਲੈ ਰਹੇ ਨੇ ਇਸ ਮੌਕੇ ਸ਼ਨੀਵਾਰ ਦੇ ਦਿਨ ਨਾ ਸਿਰਫ ਜੋ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਸਗੋਂ ਇਸ ਮੌਕੇ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਲੈਂਗਲੀ ਤੋਂ ਚਿਲਾ ਵਕਤਾਕ ਇੱਕ ਰੈਲੀ ਕੱਢੀ ਗਈ ਇਸ ਮੌਕੇ ਐਡਮੰਟਨ ਵਿਨੀਪੈਗ ਕੈਲਗਰੀ ਤੇ ਵੱਖੋ-ਵੱਖਰੀਆਂ ਥਾਵਾਂ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਸਮਰਥਨ ਦਿੰਦੇ ਹੋਏ ਪ੍ਰਦਰਸ਼ਨ ਕੀਤੇ ਗਏ ਨੇ ਐਤਵਾਰ ਨੂੰ ਵੀ ਵੈਨਕੂਵਰ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣ ਦੇ ਬਾਰੇ ਪਹਿਲਾਂ ਤੋਂ ਦੱਸਿਆ ਗਿਆ ਹੈ ਕਿ ਸਮਰਥਨ ਦੇ ਵਿਜੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੋ ਫੰਡਮੀ ਦੇ ਉੱਤੇ ਇਹਨਾਂ ਦੇ ਲਈ ਜੋ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਉੱਥੇ 84 ਲੱਖ ਡਾਲਰ ਤੋਂ ਵੱਧ ਫੰਡ ਇਕੱਠਾ ਹੁਣ ਤੱਕ ਹੋ ਚੁੱਕਿਆ ਹੈ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਤਾਨ ਵੀ ਦਿੱਤਾ ਜਾ ਰਿਹਾ ਹੈ ਜੋ ਇਸ ਪ੍ਰਦਰਸ਼ਨ ਨੂੰ ਸਮਰਥਨ ਦੇ ਰਹੇ ਨੇ ਜਿਸ ਦੀਆਂ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਉੱਧਰ ਕੈਨੇਡਾ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਇਸ ਦੀ ਨਿਖੇਦੀ ਇੱਕ ਪਾਸੇ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ 10 ਤਰੀਕ੍ਹ ਕਿ ਪੀਪਲਸ ਪਾਰਟੀ ਆਫ ਕੈਨੇਡਾ ਦੇ ਪ੍ਰਧਾਨ ਮੈਕਸੀਮ ਬਰਨੀਅਰ ਵੀ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਜੋ ਕਿ ਇਸ ਨੂੰ ਸਮਰਥਨ ਦੇ ਰਹੇ ਨੇ ਤਾਂ ਜੋ ਪ੍ਰਦਰਸ਼ਨਕਾਰੀ ਵੱਖ-ਵੱਖਰੇ ਤਰੀਕਿਆਂ ਨਾਲ ਉੱਥੇ ਕਈ ਤਰੀਕੇ ਅਪਣਾ ਰਹੇ ਨੇ ਪ੍ਰਦਰਸ਼ਨ ਦੇ ਉਸ ਦੇ ਵਿੱਚ ਕਈ ਤਰੀਕਿਆਂ ਦੀ ਨਿਖੇਦੀ ਕੀਤੀ ਗਈ ਹੈ ਕਈ ਜੋ ਸਰਕਾਰੀ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉਤੇ ਜੋ ਇੱਕ ਟੈਰੀਫੌਕਸ ਦਾ ਪੁਤਲਾ ਲੱਗਿਆ ਹੋਇਆ ਪਾਰਲੀਮੈਂਟ ਦੇ ਬਾਹਰ ਉਸ ਪੁਤਲੇ ਦੇ ਹੱਥ ਵਿੱਚ ਇੱਕ ਪੋਸਟਰ ਫੜਾਇਆ ਗਿਆ ਤੇ ਨਾਲ ਹੀ ਕੈਨੇਡਾ ਦਾ ਝੰਡਾ ਪੁੱਠਾ ਕਰਕੇ ਟੰਗਿਆ ਗਿਆ ਇਸ ਦੀ ਨਿਖੇਦੀ ਕੀਤੀ ਜਾ ਰਹੀ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਜਿਹਾ ਨਹੀਂ ਕਰਨਾ ਚਾਹੀਦਾ ਜਿਸ ਤੇ ਲਈ ਪੋਰਟ ਕੁਕਟਲਮ ਦੇ ਮੇਅਰ ਨੇ ਬਿਆਨ ਜਾਰੀ ਕਰਕੇ ਨਿਖੇਦੀ ਕੀਤੀ ਹੈ ਕਿਉਂਕਿ ਪੋਰਟ ਕੁਕਟਲਮ ਤੋਂ ਟੈਰੀਫੌਕਸ ਸੀ ਮੇਅਰ ਨੇ ਇਹ ਤਸਵੀਰ ਸਾਂਝੀ ਕਰਕੇ ਤੇ ਨਾਲ ਇਸ ਦੀ ਨਿਖੇਦੀ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਨਾ ਕੀਤਾ ਜਾਵੇ ਤਾਂ ਦੱਸਿਆ ਕਿ ਟੈਰੀਫੌਕਸਨ ਉਹ ਨੌਜਵਾਨ ਹੈ ਜੋ ਕਿ ਸਾਲ 1980 ਦੇ ਵਿੱਚ ਕੈਂਸਰ ਪੀੜਤ ਸੀ ਤੇ ਉਸ ਦੀ ਲਤ ਇੱਕ ਕੈਂਸਰ ਦੇ ਕਰਕੇ ਚਲੀ ਗਈ ਸੀ ਜਿਸ ਤੋਂ ਬਾਅਦ ਇੱਕ ਲਤ ਨਾਲ ਹੀ ਉਹ ਕੈਨੇਡਾ ਦੇ ਵਿੱਚ 3339 ਮੀਲ ਤੱਕ ਦੌੜਿਆ 143 ਦਿਨ ਦੇ ਵਾਸਤੇ ਲਗਾਤਾਰ ਪਰ ਉਸ ਤੋਂ ਬਾਅਦ ਕੈਂਸਰ ਦੇ ਕਰਕੇ ਹੀ ਉਹ ਜਦੋਂ ਜ਼ਿਆਦਾ ਬਿਮਾਰ ਹੋ ਗਿਆ ਸੀ ਕਿ ਉਸਨੇ ਇਸੇ ਦੌਰਾਨ ਦਮ ਤੋੜ ਦਿੱਤਾ ਸੀ ਤਰਸਲ ਉਹ ਜੋ ਦੌੜ ਰਿਹਾ ਸੀ ਕੈਨੇਡਾ ਭਰ ਵਿੱਚ ਉਸਨੇ ਸਫ਼ਰ ਤੈਅ ਕੀਤਾ ਸੀ ਉਹ ਕੈਂਸਰ ਮਰੀਜ਼ਾਂ ਦੇ ਵਾਸਤੇ ਫੰਡ ਇਕੱਠਾ ਕਰਨ ਤੇ ਨਾਲ ਹੀ ਕੈਂਸਰ ਦੀ ਰਿਸਰਚ ਦੇ ਵਾਸਤੇ ਫੰਡ ਇਕੱਠਾ ਕਰਨ ਦੇ ਬਾਰੇ ਲਈ ਇਹ ਕੀਤਾ ਸੀ ਜਿਸ ਤੋਂ ਬਾਅਦ ਹਰ ਸਾਲ ਟੈਰੀਫੌਕਸ ਨੂੰ ਸਮਰਪਿਤ ਦੌੜ ਵੀ ਹੁੰਦੀ ਹੈ ਤੇ ਵੱਖ-ਵੱਖ ਸ਼ਹਿਰਾਂ ਵਿੱਚ ਟੈਰੀਫੌਕਸ ਦੇ ਜੋ ਪੁਤਲੇ ਨੇ ਉਹ ਵੀ ਲੱਗੇ ਹੋਏ ਨੇ ਤੇ ਪਾਰਲੀਮੈਂਟ ਦੇ ਬਾਹਰ ਵੀ ਜੋ ਟੈਰੀਫੌਕਸ ਦਾ ਪੁੱਤਲਾ ਲੱਗਿਆ ਹੋਇਆ ਹੈ ਉੱਥੇ ਜਦੋਂ ਪੁੱਠਾ ਕਰਕੇ ਝੰਡਾ ਕੈਨੇਡਾ ਦਾ ਟੰਗ ਦਿੱਤਾ ਗਿਆ ਤਾਂ ਇਸ ਦੀ ਨਿਖੇਦੀ ਕੀਤੀ ਗਈ ਹੈ ਇਸ ਦੇ ਨਾਲ ਹੀ ਇਸ ਪ੍ਰਦਰਸ਼ਨ ਦੇ ਉੱਤੇ ਅੱਗੇ ਹੋਰ ਕੀ ਕਦਮ ਚੁੱਕੇ ਜਾਂਦੇ ਨੇ ਤੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਇਸ ਦੇ ਉੱਤੇ ਅੱਗੇ ਕੀ ਕਿਹਾ ਜਾਵੇਗਾ ਉਸ ਦੇ ਬਾਰੇ ਜਿਵੇਂ ਹੀ ਨਾਲ ਦਿਨਾਂ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਅਸੀਂ ਦੱਸਾਂਗੇ ਇਸ ਦੇ ਨਾਲ ਹੀ ਜੋ ਤੁਸੀਂ ਅਪਡੇਟਸ ਇਸ ਪ੍ਰਦਰਸ਼ਨ ਦੇ ਬਾਰੇ ਲੈਣੀਆਂ ਹੋਣ ਤਾਂ ਜੇਕਰ ਤੁਸੀਂ ਫੇਸਬੁੱਕ ਦੇ ਉੱਤੇ ਜਾ ਕੇ ਫਰੀडम ਕਨਵੋਏ 2022 ਸਰਚ ਕਰੋਗੇ ਤਾਂ ਉਹਨਾਂ ਦਾ ਇੱਕ Facebook ਦੇ ਉੱਤੇ ਪੇਜ ਬਣਿਆ ਹੋਇਆ ਹੈ ਜਿਸ ਦੇ ਉੱਤੇ ਉਹ ਮਿੰਟ-ਮਿੰਟ ਬਾਅਦ ਇਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਤੇ ਆਪਣੀ ਰਣਨੀਤੀ ਵੀ ਸਾਰੀ ਉਹ ਉੱਥੇ Facebook ਪੇਜ ਦੇ ਉੱਤੇ ਸਾਂਝੀ ਕਰ ਰਹੇ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ Twitter ਦੇ ਉੱਤੇ ਕੁਝ ਵੀਡੀਓਜ਼ ਪਾਈਆਂ ਗਈਆਂ ਸਨ ਜਿਸ ਦੇ ਵਿੱਚ ਦੋ ਪੰਜਾਬੀ ਟਰੱਕ ਡਰਾਈਵਰਾਂ ਦੇ ਵੱਲੋਂ ਵੀ ਜੋ ਆਜ਼ਾਦੀ ਨੂੰ ਲੈ ਕੇ ਇਸ ਮੌਕੇ COVID-19 ਦੀਆਂ ਹਦਾਇਤਾਂ ਨੂੰ ਹਟਾਉਣ ਨੂੰ ਲੈ ਕੇ ਮੰਗ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਗਈਆਂ ਨੇ ਉਹ ਅੰਗਰੇਜ਼ੀ ਵਿੱਚ ਬੋਲ ਰਹੇ ਨੇ ਦੇ ਨਾਲ ਦੀ ਅਸੀਂ ਪੰਜਾਬੀ ਵਿੱਚ ਲਿਖ ਕੇ ਦੱਸਾਂਗੇ ਕਿ ਉਹ ਕੀ ਕਹਿ ਰਹੇ ਨੇ ਮਾਈ ਨੇਮ ਇਜ਼ ਗੁਰਤੇਜ ਸਿੰਘ ਆਮ ਫਰਮ ਲੰਡਨ 온ਟਾਰੀਓ ਐਂਡ ਆਮ ਹੇਅਰ ਫੋਰ ਮਾਈ ਫਰੀडम ਐਂਡ ਮਾਈ ਰਾਈਟਸ ਆਈ ਲਵ ਮਾਈ ਫਰੀडम ਐਂਡ ਮਾਈ ਲਿਬਰਟੀ ਐਜ਼ ਮੱਚ ਐਜ਼ ਐਵਰੀਬਾਡੀ ਡੂਜ਼ ਐਂਡ ਆਈ ਹੇਟ ਅ ਗਵਰਨਮੈਂਟ ਟੈਲਿੰਗ ਮੀ ਵਾਟ ਟੂ ਡੂ ਵਿਦ ਫੋਰਸ ਦੈਟਸ ਆਲ ਆਮ ਹੇਅਰ ਫੋਰ ਇਟਸ ਅਬਾਊਟ ਚੋਇਸ ਇਟਸ ਨਾਟ ਅਬਾਊਟ ਵੈਕਸੀਨ ਐਂਡ ਵੀ ਆਰ ਆਲ ਟੂਗੇਦਰ ਵੀ ਆਰ ਆਲ ਕੈਨੇਡੀਅਨਸ ਵੀ ਆਰ ਆਲ ਟਰੱਕਰ ਗੋ ਹੈ ਟਰੱਕਰ ਯਾ ਥੈਂਕ ਯੂ ਵੈਰੀ ਮਚ ਇਸਨਾਲ ਹਿਸਤੇ ਕੋਈ ਹੋਰ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ ਅਗਲੀ ਖਬਰ ਦੇ ਵੱਲ ਰੁਕ ਕਰਦੇ ਹਾਂ ਅੱਗੇ ਹੈ ਕਿ ਕਿਊਬੈਕ ਦੇ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ ਜੋ ਅੱਜ 5 ਸਾਲ ਦਾ ਸਮਾਂ ਹੋ ਗਿਆ ਜੋ ਕਿਊਬੈਕ ਸਿਟੀ ਦੀ ਜੋ ਇੱਕ ਮਸਜਿਦ ਹੈ ਉੱਥੇ ਗੋਲੀਆਂ ਚੱਲੀਆਂ ਸਨ 5 ਸਾਲ ਪਹਿਲਾਂ 29 ਜਨਵਰੀ 2017 ਦੇ ਦਿਨ ਜਦੋਂ 5 ਜਣੇ ਗੰਭੀਰ ਰੂਪ ਚ ਜ਼ਖਮੀ ਹੋਏ ਸਨ ਗੋਲੀਆਂ ਲੱਗਣ ਕਰਕੇ ਤੇ 6 ਮੌਤਾਂ ਹੋ ਗਈਆਂ ਸਨ ਇਸਲਾਮੋਫੋਬੀਆ ਦੇ ਖਿਲਾਫ ਆਵਾਜ਼ ਚੁੱਕਣ ਤੇ ਨਾਲ ਹੀ ਇਸ ਸਬੰਧੀ ਜਾਗਰੂਕ ਕੀਤੇ ਜਾਣ ਦੇ ਲਈ ਵਕਵਕਰੇ ਕਦਮ ਵੀ ਚੁੱਕੇ ਜਾ ਰਹੇ ਨੇ ਕੈਨੇਡਾ ਭਰ ਵਿੱਚ ਇਸ ਸਬੰਧੀ ਕਈ ਮੁਹਿਮਾ ਵੀ ਵਿੱਡੀਆਂ ਗਈਆਂ ਨੇ ਤੇ ਇਸ ਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਜ਼ਿਕਰ ਕੀਤਾ ਵਕਵਕਰੀਆਂ ਫੈਡਰਲ ਪਾਰਟੀਆਂ ਦੇ ਲੀਡਰਾਂ ਨੇ ਇਸ ਦਾ ਜ਼ਿਕਰ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੂੰ ਜਿਨ੍ਹਾਂ ਨੇ ਇਹ ਜਾਨਾਂ ਗਵਾਈਆਂ ਤੇ ਨਾਲ ਹੀ ਜੋ ਇਸ ਸਮੇਂ ਲਗਾਤਾਰ ਇਸਲਾਮੋਫੋਬੀਆ ਦੇ ਖਿਲਾਫ ਲੜ ਰਹੇ ਨੇ ਤੇ ਨਾਲ ਹੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਉਸਤੇ ਲਈ ਵੀ ਸਮਰਥਨ ਦਿੱਤੇ ਜਾਣ ਦੇ ਨਾਲ ਹੀ ਹੋਰ ਅੱਗੇ ਮਦਦ ਕਿਸ ਤਰ੍ਹਾਂ ਲਈ ਜਾ ਸਕਦੀ ਹੈ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਹੁਣ ਤੁਹਾਨੂੰ ਦੱਸਾਂਗੇ ਜੋ ਇੱਕ ਕੈਨੇਡਾ ਵਾਸੀ ਨੂੰ ਅਮਰੀਕਾ ਵਿੱਚ 6 ਮਹੀਨੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਖਿਰ ਕਿਉਂ ਤੇ ਕਿੰਨੀ ਸਜ਼ਾ ਹੋਵੇਗੀ ਉਸਤੇ ਬਾਰੇ ਕੈਨੇਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਅਮਰੀਕਾ ਵਿੱਚ 6 ਮਹੀਨੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਉੱਤੇ ਇਲਜ਼ਾਮ ਨੇ ਕਿ ਉਸਨੇ ਇੱਕ ਅਮਰੀਕਨ 에ਅਰਲਾਈਨ ਦੀ ਫਲਾਈਟ ਅਟੈਂਡੈਂਟ ਦੇ ਨਾਲ ਛੇੜਛਾੜ ਕੀਤੀ ਹੈ 50 ਸਾਲਾ ਐਨੀਓਸ ਕੋਰੋਜ਼ਿਆਸ ਜਸਨੂਕੇ ਸੋਮਵਾਰ ਦੇ ਦਿਨ ਮੀਆਮੀ ਫੈਡਰਲ ਕੋਰਟ ਨੇ 6 ਮਹੀਨੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਸਨੂਕੇ ਅਕਤੂਬਰ ਮਹੀਨੇ ਇੱਕ ਸ਼ਿਕਾਇਤ ਹੋਈ ਉਸ ਤੇ ਲਈ ਦੋਸ਼ੀ ਪਾਇਆ ਗਿਆ ਦਰਅਸਲ ਜੋ ਸ਼ਿਕਾਇਤ ਹੈ ਉਸ ਮੁਤਾਬਕ ਜ਼ਿਆਦ ਅਮਰੀਕਨ 에ਅਰਲਾਈਨ ਦੀ ਫਲਾਈਟ ਦੇ ਵਿੱਚ ਕੈਨਕਨ ਮੈਕਸੀਕੋ ਤੋਂ ਮੀਆਮੀ ਇੰਟਰਨੈਸ਼ਨਲ 에ਅਰਪੋਰਟ ਤੱਕ ਟ੍ਰੈਵਲ ਕਰ ਰਿਹਾ ਸੀ ਅਗਸਤ ਮਹੀਨੇ ਜਦੋਂ ਇੱਕ ਫਲਾਈਟ ਅਟੈਂਡੈਂਟ ਜੋ ਕਿ 스낵ਸ ਵੰਡਦੀ ਹੋਈ ਫਿਰ ਰਹੀ ਸੀ ਉਸ ਨੂੰ ਲੱਗਿਆ ਕਿ ਜ਼ਿਆਦ ਸੁੱਤਾ ਪਿਆ ਹੈ ਜੋ ਕਿ ਜ਼ਿਆਸਤੇ ਕੋਲ ਸਨੈਕਸ ਰੱਖ ਕੇ ਚੱਲੀ ਗਈ ਪਰ ਬਾਅਦ ਵਿੱਚ ਜ਼ਿਆਸ ਨੇ ਉਸ ਨੂੰ ਪਿੱਛੇ ਤੋਂ ਫੜਨ ਦੀ ਕੋਸ਼ਿਸ਼ ਕੀਤੀ ਜੋ ਕਿ ਛੇੜਛਾੜ ਦੀ ਤਰ੍ਹਾਂ ਉਸਨੇ ਗਲਤ ਤਰੀਕੇ ਨਾਲ ਫਲਾਈਟ ਅਟੈਂਡੈਂਟ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਤੇ ਲਈ ਗਵਾਹੀ ਉਸ ਫਲਾਈਟ ਵਿੱਚ ਬੈਠੇ ਯਾਤਰੀਆਂ ਨੇ ਵੀ ਦਿੱਤੀ ਤੇ ਨਾਲ ਹੀ ਜਾਂਚ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ ਵੀ ਇਹ ਪਾਇਆ ਕਿ ਜ਼ਿਆਸ ਨੇ ਉਸ ਫਲਾਈਟ ਅਟੈਂਡੈਂਟ ਨਾਲ ਛੇੜਛਾੜ ਕੀਤੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਚੱਲਿਆ ਤੇ ਹੁਣ ਉਸ ਨੂੰ 6 ਮਹੀਨੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅੱਗੇ ਜਾਣਕਾਰੀ ਜੋ ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਦੱਸਿਆ ਹੈ ਕਿ ਜੋ ਕਾਲਜਸ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਵਾਉਣ ਵਾਲੇ ਹੁੰਦੇ ਨੇ ਯਾਨੀ ਕਿ ਦਾਖਲਾ ਕਰਾਉਂਦੇ ਨੇ ਰਿਕਰੂਟਰਸ ਨੇ ਉਹਨਾਂ ਤੋਂ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਨਾ ਲਈ ਜਾਵੇ ਸਿਰਫ ਉਹ ਜਿਹੜੇ ਕਿ ਲੀਗਲ ਤੌਰ ਦੇ ਉੱਤੇ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਦੇ ਸਕਦੇ ਨੇ ਤੇ ਉਹਨਾਂ ਨੂੰ ਮਾਨਤਾ ਪ੍ਰਾਪਤ ਹੈ ਤੇ ਨਾਲ ਹੀ ਜੇਕਰ ਉਹ ਰਿਕਰੂਟਰ ਵੀ ਨੇ ਤਾਂ ਹੁਸਲਾ ਦੇ ਸਕਦੇ ਨੇ ਪਰ ਜੇਕਰ ਉਹ ਸਿਰਫ ਦਾਖਲਾ ਕਰਵਾਉਣ ਵਾਲੇ ਨੇ ਤਾਂ कॉलेजिया यूनिवर्सिटी ਵਿੱਚ ਦਾਖਲਾ ਕਰਵਾਉਣ ਨਾਲ ਸੰਬੰਧਿਤ ਜਾਣਕਾਰੀ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਕੰਮ ਸਬੰਧੀ ਜਾਣਕਾਰੀ ਉਹਨਾਂ ਤੋਂ ਨਾ ਲਈ ਜਾਵੇ ਇਸ ਦੇ ਨਾਲ ਹੀ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਜੋ ਸੀ ਕਮੈਂਟ ਬਾਕਸ ਦੇ ਵਿੱਚ ਵੀ ਸਾਂਝਾ ਕਰ ਦਵਾਂਗੇ ਜਿੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਮੀਗ੍ਰੇਸ਼ਨ ਸਲਾਹਕਾਰ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਜਾਂ ਫਿਰ ਜੋ ਰਿਕਰੂਟਰ ਆਪਣੇ ਆਪ ਨੂੰ ਇਮੀਗ੍ਰੇਸ਼ਨ ਸਲਾਹਕਾਰ ਜੇਕਰ ਦੱਸ ਰਿਹਾ ਹੋਵੇ ਕਿ ਉਹ ਮਾਨਤਾ ਪ੍ਰਾਪਤ ਹੈ ਇਮੀਗ੍ਰੇਸ਼ਨ ਸਲਾਹਕਾਰ ਤਤੂਸੀ ਉਸੂਚੀ ਵੀ ਦੇਖ ਸਕਦੇ ਹੋ ਉਸਦੇ ਬਾਰੇ ਉਸਦੇ ਨਾਮ ਦੇ ਨਾਲ ਵੀ ਜਾਂਚ ਕਰ ਸਕਦੇ ਹੋ ਜੋ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਵੀ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਕਿਹਨਾਂ ਨੂੰ ਮਾਨਤਾ ਪ੍ਰਾਪਤ ਹੈ ਕਿ ਉਹ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਲਾਹਕਾਰ ਦੇ ਵਜੋਂ ਇਮੀਗ੍ਰੇਸ਼ਨ ਏਜੰਟ ਦੇ ਵਜੋਂ ਕੰਮ ਕਰ ਸਕਦੇ ਨੇ ਇਹ ਜਾਣਕਾਰੀ ਇਸ ਕਰਕੇ ਵੀ ਸਾਂਝੀ ਕੀਤੀ ਗਈ ਹੈ ਕਿਉਂਕਿ ਕਈ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹਨਾਂ ਤੋਂ ਫੀਸ ਲੈ ਲਈ ਜਾਂਦੀ ਹੈ ਪਰ ਅੱਗੇ ਉਹਨਾਂ ਨੂੰ ਕੋਈ ਜਵਾਬ ਲੰਮਾ ਚਿਰ ਨਹੀਂ ਮਿਲਦਾ ਕਈ ਵਾਰ ਉਹ ਧੋਖਾਧੜੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਜਰਨਾ ਹੋਵੇ ਜਿਸ ਲਈ ਜ਼ਰੂਰੀ ਹੈ ਕਿ ਤੁਸੀਂ ਇਹ ਪੁਸ਼ਟੀ ਕਰੋ ਕਿ ਜਿਸ ਤੋਂ ਤੁਸੀਂ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਲੈ ਰਹੇ ਹੋ ਕੀ ਉਸ ਨੂੰ ਇਸ ਗੱਲ ਦੀ ਮਾਨਤਾ ਪ੍ਰਾਪਤ ਹੈ ਇਸ ਦੇ ਨਾਲ ਹੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਭਾਰਤ ਤੋਂ ਕੈਨੇਡਾ ਦੇ ਵਾਸਤੇ ਟਰੈਵਲ ਕਰਨ ਵਾਲਿਆਂ ਦੇ ਲਈ ਹੁਣ ਸਫ਼ਰ ਸੁਖਾਲਾ ਹੋ ਗਿਆ ਹੈ ਆਖਿਰ ਕਿਵੇਂ ਦਰਅਸਲ ਜਿਹੜੇ ਵੀ ਭਾਰਤ ਤੋਂ ਕੈਨੇਡਾ ਲਈ ਟਰੈਵਲ ਕਰ ਰਹੇ ਸਨ ਹੁਣ ਤੱਕ ਜੋ ਅਰਜ਼ੀ ਤੌਰ ਦੇ ਉੱਤੇ ਹਦਾਇਤ ਲਗਾਈ ਗਈ ਸੀ ਕਿ 에어ਪੋਰਟ ਦੇ ਉੱਤੇ ਜੋ ਲੈਬੋਰਟਰੀ ਮੌਜੂਦ ਹੈ ਉੱਥੇ ਹੀ ਪੀਸੀਆਰ ਟੈਸਟ ਕਰਵਾਇਆ ਜਾਵੇਗਾ 18 ਘੰਟੇ ਦੇ ਸਮੇਂ ਵਿੱਚ ਟੈਸਟ ਕਰਵਾਉਣਾ ਪਵੇਗਾ ਜਿਸ ਦੀ ਰਿਪੋਰਟ ਨੂੰ ਮੰਨਿਆ ਜਾਵੇਗਾ ਜਾਂ ਫਿਰ ਜੇਕਰ ਕੈਨੇਡਾ ਉਂਦ ਤੱਕ ਕਿਸੇ ਹੋਰ ਦੇਸ਼ ਵਿੱਚ ਸਟੇ ਹੁੰਦੀ ਸੀ ਤਾਂ ਉਹ ਤੀਜੇ ਦੇਸ਼ ਤੋਂ ਕੋਵਿਡ-19 ਦਾ ਟੈਸਟ ਕਰਵਾਉਣਾ ਪੈਂਦਾ ਸੀ ਜਿਸ ਕਰਕੇ ਕਈਆਂ ਨੂੰ ਕਈ ਦਿਨਾਂ ਵਾਸਤੇ ਉਸ ਤੀਜੇ ਦੇਸ਼ ਵਿੱਚ ਉਡੀਕ ਵੀ ਕਰਨੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ ਹੁਣ ਭਾਰਤ ਤੋਂ ਹੀ ਕਿਸੇ ਵੀ ਲੈਬਾਰਟਰੀ ਤੋਂ ਜਿਸ ਨੂੰ ਮਾਨਤਾ ਪ੍ਰਾਪਤ ਹੈ ਤੁਸੀਂ ਕੋਵਿਡ-19 ਦਾ ਪੀਸੀਆਰ ਟੈਸਟ ਕਰਵਾ ਸਕਦੇ ਹੋ ਜਿਸ ਦੀ ਰਿਪੋਰਟ ਨੂੰ ਮਾਨਤਾ ਮਿਲੇਗੀ ਜਦੋਂ ਤੁਸੀਂ ਕੈਨੇਡਾ ਵਿੱਚ ਪਹੁੰਚੋਗੇ ਸਿਰਫ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਉਹ ਰਿਪੋਰਟ ਕੇ 72 ਘੰਟੇ ਦੇ ਸਮੇਂ ਦੇ ਵਿੱਚ ਹੀ ਕਰਵਾਈ ਗਈ ਹੋਵੇ ਫਿਰ ਬੇਸ਼ੱਕ ਤੁਸੀਂ ਕਿਸੇ ਤੀਜੇ ਦੇਸ਼ ਦੇ ਰਾਹੀਂ ਹੋ ਕੇ ਆ ਰਹੇ ਹੋ ਤਾਂ ਵੀ ਉਸ ਨੂੰ ਮਾਨਤਾ ਮਿਲੇਗੀ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਹੋਣਾ ਹੈ ਤਾਂ ਇਮੀਗ੍ਰੇਸ਼ਨ ਅਧਿਕਾਰੀ ਦੇ ਵੱਲੋਂ ਉਸ ਨੂੰ ਮਾਨਤਾ ਦਿੱਤੀ ਜਾਵੇਗੀ ਜੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਗੇ ਤੁਹਾਨੂੰ ਦੱਸਾਂਗੇ ਜੋ ਕਈ ਕੈਨੇਡਾ ਵਾਸੀ ਜਿਨ੍ਹਾਂ ਨੇ ਸੀਈਆਰਬੀ ਦੇ ਰਾਹੀਂ ਮਦਦ ਲਈ ਜਦੋਂ ਕੋਵਿਡ-19 ਕਰਕੇ ਹਦਾਇਤਾਂ ਲੱਗਣੀਆਂ ਸ਼ੁਰੂ ਹੋਈਆਂ ਸਨ ਤੇ ਕੈਨੇਡਾ ਸਰਕਾਰ ਵੱਲੋਂ ਹਰ ਮਹੀਨੇ 2-2000 ਡਾਲਰ ਦੀ ਮਦਦ ਦਿੱਤੀ ਜਾ ਰਹੀ ਸੀ ਉਸ ਦੇ ਵਿੱਚ ਕਈਆਂ ਨੇ ਝੂਠ ਬੋਲ ਕੇ ਇਹ ਮਦਦ ਲਈ ਹੈ ਕਿ ਉਹ ਯੋਗਤਾ ਨਹੀਂ ਸੀ ਰੱਖਦੇ ਫਿਰ ਵੀ ਉਹਨਾਂ ਦੇ ਵੱਲੋਂ ਇਸ ਮਦਦ ਨੂੰ ਲਿਆ ਗਿਆ ਤੇ ਇਸ ਉੱਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਾਂਚ ਵੀ ਅੱਗੇ ਚੱਲੇਗੀ ਤੇ ਸਮੇਂ ਚੱਲ ਰਹੀ ਹੈ ਤੇ ਨਾਲ ਹੀ ਇਸ ਸਬੰਧੀ ਜਿਹੜੇ ਯੋਗਤਾ ਨਹੀਂ ਸੀ ਰੱਖਦੇ ਉਸ ਉਹਨਾਂ ਨੂੰ ਇਹ ਪੈਸੇ ਵਾਪਸ ਵੀ ਕਰਨੇ ਪੈ ਸਕਦੇ ਨੇ ਇਸ ਦੇ ਉੱਤੇ ਫਾਈਨ ਵੀ ਪੈ ਸਕਦਾ ਇਸ ਦੇ ਨਾਲ ਹੀ ਉਹਨਾਂ ਨੂੰ ਕਾਫੀ ਮੋਟੀ ਰਕਮ ਵਾਪਸ ਕਰਨੀ ਪੈ ਸਕਦੀ ਹੈ ਪੈਸੇ ਨੂੰ ਲੈ ਕੇ ਕਾਫੀ ਗਿਣਤੀ ਕੈਨੇਡਾ ਵਾਸੀਆਂ ਨੂੰ ਇਸ ਸਮੇਂ ਚਿੱਠੀਆਂ ਵੀ ਮਿਲ ਰਹੀਆਂ ਨੇ ਜਿਸ ਦੇ ਵਿੱਚ ਸਵਾਲ ਪੁੱਛੇ ਜਾ ਰਹੇ ਨੇ ਕਿ ਆਖਿਰੋ ਯੋਗਤਾ ਰੱਖਦੇ ਸੀ ਤੇ ਕਿਸ ਤਰ੍ਹਾਂ ਇਸ ਚਿੱਠੀ ਦੇ ਵਿੱਚ ਪੂਰੀ ਜਾਣਕਾਰੀ ਦੱਸੀ ਜਾ ਰਹੀ ਹੈ ਹੁਣ ਤੱਕ ਸੀਆਰਏ ਨੇ 441000 ਚਿੱਠੀਆਂ ਉਹਨਾਂ ਨੂੰ ਭੇਜ ਦਿੱਤੀਆਂ ਨੇ ਜਿਨ੍ਹਾਂ ਨੇ ਸੀਈਆਰਬੀ ਦੇ ਰਾਹੀਂ ਵਿੱਤੀ ਮਦਦ ਕੈਨੇਡਾ ਸਰਕਾਰ ਤੋਂ ਲਈ ਸੀ ਤਾਂ ਕਿ ਇਹ ਵੈਰੀਫਾਈ ਕੀਤਾ ਜਾ ਸਕੇ ਕਿ ਕੀ ਉਹ ਯੋਗਤਾ ਵੀ ਰੱਖਦੇ ਸੀ ਇਸ ਮਦਦ ਦੇ ਵਾਸਤੇ ਜੋ ਉਹਨਾਂ ਨੇ ਹਰ ਹਫ਼ਤੇ 500 ਡਾਲਰ ਕੈਨੇਡਾ ਸਰਕਾਰ ਤੋਂ ਲਏ ਨੇ ਤੇ ਜੇਕਰ ਅਜਿਹਾ ਨਾ ਹੋਇਆ ਕਿ ਉਹ ਯੋਗਤਾ ਨਹੀਂ ਰੱਖਦੇ ਹੋਏ ਤਾਂ ਉਹਨਾਂ ਨੂੰ ਉਹ ਪੈਸੇ ਵਾਪਸ ਕਰਨੇ ਪੈ ਸਕਦੇ ਨੇ ਜਿਸ ਦੇ ਬਾਰੇ ਸੀਆਰਏ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਗੇ ਹੁਣ ਜਾਣਕਾਰੀ ਜੋ ਸਰੀਰ ਦੇ ਵਿੱਚ ਕੱਲ ਗੋਲੀਆਂ ਚੱਲਣ ਦੇ ਬਾਰੇ ਤੁਹਾਨੂੰ ਦੱਸਿਆ ਸੀ ਅਸੀਂ ਕਿ ਸਰੀਰ ਦੇ ਨਿਊਟਨ ਖੇਤਰ ਵਿੱਚ ਗੋਲੀਆਂ ਚੱਲੀਆਂ ਨੇ ਦੋ ਜਣਿਆਂ ਦੇ ਗੋਲੀਆਂ ਲੱਗੀਆਂ ਸਨ ਉਹ ਦੋਵੇਂ ਹੁਣ ਠੀਕ ਨੇ ਜਿਸ ਦੇ ਬਾਰੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਬਾਰੇ ਦੱਸਿਆ ਗਿਆ ਹੈ ਕਿ ਪਹਿਲਾਂ ਤੋਂ ਵਾਰੰਟ ਵੀ ਜਾਰੀ ਕੀਤੇ ਗਏ ਸਨ ਜਿਸ ਨੂੰ ਠੀਕ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਦੋਵੇਂ ਲੋਰ ਮੇਨਲੈਂਡ ਵਿੱਚ ਗੈਂਗ ਹਿੰਸਾ ਦੇ ਨਾਲ ਸਬੰਧਤ ਨੇ ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਪਹਿਲਾਂ ਤੋਂ ਪੁਲਿਸ ਉਹਨਾਂ ਨੂੰ ਜਾਣਦੀ ਸੀ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਜਿਵੇਂ ਇਹ ਗੋਲੀਆਂ ਚੱਲੀਆਂ ਸਰੀ ਦੇ ਵਿੱਚ ਤਾਂ ਕੁਝ ਥੇਰ ਬਾਅਦ ਡੈਲਟਾ ਦੇ ਵਿੱਚ ਇੱਕ ਵਾਹਨ ਨੂੰ ਅੱਗ ਲੱਗੀ ਹੋਈ ਮਿਲੀ ਪੁਲਿਸ ਦਾ ਮੰਨਣਾ ਹੈ ਕਿ ਗੋਲੀਆਂ ਚੱਲਣ ਦੇ ਇਸ ਮਾਮਲੇ ਦੇ ਨਾਲ ਹੀ ਉਸ ਵਾਹਨ ਦਾ ਸਬੰਧ ਹੋ ਸਕਦਾ ਹੈ ਜਿਸ ਤੇ ਉੱਤੇ ਜਾਂਚ ਵੀ ਚੱਲ ਰਹੀ ਹੈ ਤੇ ਲੋਅਰ ਮੇਨਲੈਂਡ ਦੇ ਵਿੱਚ ਚੱਲ ਰਹੀ ਗੈਂਗ ਹਿੰਸਾ ਦੇ ਨਾਲ ਇਸ ਘਟਨਾ ਦਾ ਸਬੰਧ ਹੈ ਇਸ ਤੇ ਵੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਇਸੇ ਨਾਲ ਹੀ ਅੱਜ ਦੇ ਸਬਲਟਨ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਸੱਚ ਰਿਆ ਕਾਲ